इस वेले की वड्डी खबर मोगा तो सामने आ रही है। तुहानू दस दिंदे आ मोगा दे कस्बा धर्मकोट कोल दिल दहला देण वाला मामला सामने आया, जिथे मिली जानकारी दे अनुसार एक तेज़ रफ्तार बस जो कि मोगा तो जलंधर जा रही सी धर्मकोट कोल अचानक एक मोड़ ते इसका संतुलन विगड़ जांदा है ते बस पलटी खा के खेतां दे विच काम कर रहे एक किसान ते जा डिगदी है। तुहानू दस दिंदे आ मौके ते मौजूद लोगों के अनुसार किसान गंभीर जख्मी हो चुकिया है ते उसनू मोगा दे निजी हस्पताल दे विच इलाज दे लई पहुँचाया गया। हालत गंभीर देखते हुए डॉक्टर राजीव गुप्ता ने उसनू लुधियाना रैफर कर दिता है। तो उधर पुलिस अधिकारियों ने जानकारी देंदे हुए दस्या कि मौके तो बस ड्राइवर अते कंडक्टर फरार हो चुके ने, बाकी उन्होंने वालों मामला दर्ज करते हुए जांच की जा रही है। होर की कहना सी उन्हों का, आओ सुनाते हैं। तुहानू डॉक्टर साहब कोई पेशेंट आया थोड़े को धर्मकोट साइड तो? हाँ जी, हमने एक एमरजेंसी आई थी थोड़ी देर पहला। पेशेंट का नाम गुरबीर सिंह, 46 साल उसकी उम्र सी। उन्होंने दसिया वो नाल दया ने कि वह खेतों च काम कर रहा है तो एक बस पलट गई, बस वो उपर गिर गई तो उन्होंने असी फस्ट एड की। पेशेंट की कंडीशन सीरीयस सी, वो सज्जे पास दियाँ पसलियाँ फ्रैक्चर सगिया, सिर च भी सट सी और सज्जी बांह फ्रैक्चर सी। तो पेशेंट का बीपी लो सीगा, असी पेशेंट की फस्ट एड करके तो पेशेंट को इमीडिएटली DMC रैफर कर दिता। जानकारी तो इन्नी है कि वीर जी थले ना मुंडा पानी लाउन डिया सीगा साडे जलालाबाद दा ही आ। हाँ जी, उहदे उत्ते जा वज्जी जी, ज़्यादा कोई कोई कंट्रोल नहीं हुई, इहदे विच चार कु सवारियां सी, ड्राइवर ते कंडक्टर साडे वेखदे मौके ते भज्जे आ। अच्छा, ਯਾਨੀ ਡਰਾਈਵਰ ਕਨੈਕਟ ਵੀ ਸੇਫ ਆ? ਉਹ ਹੈਗੇ ਸੇਫ ਆ, ਸਵਾਰੀਆਂ ਵੀ ਸੇਫ ਆ, ਪਰ ਜਿਹੜਾ ਇੱਕ ਜ਼ਿਮੀਂਦਾਰ ਥੱਲੇ ਜਿਹੜਾ ਪਾਣੀ ਲਾਉਣ ਡਿਆ ਸੀਗਾ, ਹਾਂਜੀ, ਉਹਦੇ ਉੱਤੇ ਜਾ ਵੱਜੀ, ਉਹਨੂੰ ਬੱਸ ਦੇ ਥੱਲੇ ਉਹਨੇ ਕੱਢਿਆ ਕਿ ਇੱਕ ਵਾਰੀ ਮੋਗੇ ਲੈ ਗਏ ਆ ਜੀ, ਅਜੇ ਤੱਕ ਪਤਾ ਨਹੀਂ ਲੱਗਾ ਕਿ ਬੰਦਾ ਤੰਦਰੁਸਤ। ਵੀਰ ਜੀ, ਜਿੱਥੋਂ ਤੱਕ ਮੈਨੂੰ ਜਾਣਕਾਰੀ ਇੱਥੇ ਇੱਕ ਰੇਹੜੀ ਲੱਗੀ ਹੁੰਦੀ ਸੀ, ਉਹ ਅਜੇ ਰੇਹੜੀ ਲੱਗੀ ਨਹੀਂ, ਕੁਦਰਤੀ ਰੇਹੜੀ ਹੈ, ਰੇਹੜੀ ਹੈ ਨਹੀਂ ਸੀ, ਜਾਣੀ ਉਹ ਵੀ ਸੇਫ ਆ। ਬੱਸ ਨਾ ਪਿੱਛੋਂ ਫਲਾਈ ਉਹ ਟੁੱਟ ਰਹੀ ਆ ਜੀ। ਮੋਗੇ ਆ ਰਹੀ ਸੀ ਬੱਸ? ਮੋਗੇ ਆ, ਜਾਣੀ ਕਿੱਥੇ ਜੀ? ਇਹ ਜਲੰਧਰੋਂ ਉਹਨਾਂ ਨੇ ਇੱਧਰੋਂ ਧਰਮਕੋਟ ਨੂੰ ਮੁੜਨਾ ਸੀ, ਉਹ ਲੰਘਿਆ ਥੋੜ੍ਹਾ ਜਿਹਾ ਅੱਗੇ, ਉਸ ਤੋਂ ਬਾਅਦ ਉਹਨੇ ਆਪਦੀ ਡਰਾਈਵਰੀ ਵਿਖਾਈ ਕਿ ਮੈਂ ਇੱਧਰ ਨੂੰ ਮੁੜ ਜਾਂ, ਪਰ ਉਹ ਥੱਲੇ ਸਿੱਧੇ ਥੱਲੇ ਜਾ ਜਾਂ ਤੇ ਥੋੜ੍ਹਾ ਗਾਂਹ ਜਾ ਕੇ ਬ੍ਰੇਕਾਂ ਲੱਗਦੀਆਂ, ਬਾਅਦ 'ਚ ਉਹਨੂੰ ਬੈਕ ਕਰ ਲੈਂਦਾ, ਫਿਰ ਇਹਨੂੰ ਮੋੜਦਾ, ਮੁੜਨਾ ਧਰਮਕੋਟ ਸੀ? ਹਾਂ, ਮੁੜਨਾ ਧਰਮਕੋਟ ਸਿੱਧਾ ਲੰਘ ਗਿਆ। ਬੱਸ ਦਾ ਤੇਜ਼ ਆਉਂਦੀ ਸੀ ਉਧਰੋਂ ਜੀ, ਮੋਗਾ ਸਾਈਡ ਤੋਂ ਤੇ ਉਹ ਬੱਸ ਤੇਜ਼ ਆਉਣ ਦੇ ਨਾਲ ਨਾ ਇੱਥੇ ਬੰਦਾ ਆਲੂਆਂ ਨੂੰ ਪਾਣੀ ਲਾ ਰਿਹਾ ਸੀ, ਉਹ ਖੜਾ ਹੀ ਸਾਈਡ ਤੇ ਜੀ, ਜਦੋਂ ਬੱਸ ਉਹਨਾਂ ਤੋਂ ਸੰਭਲੀ ਨਹੀਂ ਤੇ ਬੱਸ ਫੜਾ ਜਾਂ ਝੋਲ ਮਾਰ ਗਈ, ਬੱਸ ਉੱਤੇ ਹੀ ਤੇ ਪਲਟ ਗਈ, ਉਹ ਬੰਦੇ ਦੇ ਸੱਟਾਂ ਤੇ ਬਾਕੀ ਸਵਾਰੀਆਂ ਦੇ ਨਾਲ ਠੀਕ ਹੈ। ਤੇ ਡਰਾਈਵਰ ਦਾ ਕੀ ਕੋਈ ਪਤਾ ਲੱਗਾ ਵੀ ਡਰਾਈਵਰ ਬਚ ਗਿਆ ਜਾਂ ਨਹੀਂ? 60 ਦਾ ਬਚਾ, 60 ਦਾ ਬਚੀ ਆਪਾਂ ਬਚਾ ਰਿਹਾ ਹੁਣੇ, ਬਚਾ ਰਿਹਾ ਇਹ ਨਹੀਂ 60 ਬੰਦੇ ਦੇ ਖੇਤ ਵਾਲੇ ਦੇ, ਜਾਨੀ ਜਿਹੜਾ ਖੇਤ ਇੱਥੇ ਪਾਣੀ ਲਾ ਰਿਹਾ ਸੀ ਉਹਦੇ ਜਿਆਦਾ 60 ਉਹਦੇ 60 ਜਿਆਦਾ ਹੀ ਕਿਤੇ। ਕੀ ਜਾਣਕਾਰੀ ਆ ਜਿਹੜੀ ਆ ਬੱਸ ਪਲਟੀ ਉਹਦੇ ਬਾਰੇ ਕੁਝ ਦੱਸ ਸਕਦੇ ਹੋ? ਡਰਾਈਵਰ ਕਨੈਕਟਰ ਫਰਾਰ ਆ ਸਰ, ਕੋਈ ਨੁਕਸਾਨ ਬਾਰੇ ਜਾਣਕਾਰੀ ਹੋਵੇ? ਨਹੀਂ ਜੀ, ਕੋਈ ਨਹੀਂ ਹੋਈ ਤੱਕ। ਡਰਾਈਵਰ ਬਾਰੇ ਵੀ, ਡਰਾਈਵਰ ਬਚ ਗਿਆ ਜੀ ਜਾਂ ਕਨੈਕਟਰ ਬਚ ਗਿਆ? ਕੁਛ ਨਹੀਂ, ਕਨੈਕਟਰ ਕੋਈ ਹੋਇਆ, ਕਨੈਕਟ ਨਹੀਂ ਹੋਇਆ ਉਹਨਾਂ ਨਾਲ, ਕੋਈ ਕਨੈਕਟ ਨਹੀਂ ਹੋਇਆ। ਠੀਕ ਹੈ ਭਾਅ ਜੀ, ਥੈਂਕ ਯੂ।